ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਅਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਅਪਡੇਟ ਲੈ ਕੇ ਆਇਆ ਪੋਸਟ ਆਫਿਸ ਦੀ ਨਵੀਂ ਭਰਤੀ ਦਾ, ਜਿਸ ਦੇ ਵਿੱਚ 10ਵੀਂ 12ਵੀਂ ਅਤੇ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਇਲੀਜੀਬਲ ਨੇ ਅਪਲਾਈ ਕਰ ਪਾਉਣਗੇ। ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ, ਕੌਣ ਕੌਣ ਇਲੀਜੀਬਲ ਹੋਣ ਵਾਲਾ, ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ 'ਚ ਜਿਹੜੀ ਹੈ ਦੇਵਾਂਗਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਚੈਨਲ 'ਤੇ ਆਇਓ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੀ ਨਾਲ ਬੈੱਲ ਆਈਕਨ ਵੀ ਦਬਾ ਲਿਓ, ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਸੋ ਇਸੇ ਦੇ ਨਾਲ ਕਿਸੇ ਵੀ ਗਵਰਮੈਂਟ ਜੋਬ ਦੀ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਉਹਦੇ ਲਈ ਤੁਹਾਨੂੰ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ 'ਚ ਅਵੇਲੇਬਲ ਹੈ ਜੀ। ਡਾਊਨਲੋਡ ਕਰਕੇ ਚੈੱਕ ਕਰਕੇ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਪਾਓਗੇ ਜੀ। ਜਿੰਨੀਆਂ ਵੀ ਵੈਕੈਂਸੀਜ਼ ਹੁੰਦੀਆਂ ਨੇ, ਸਾਰੀਆਂ ਵੈਕੈਂਸੀਜ਼ ਦੇ ਅਪਡੇਟ ਜਿਹੜੇ ਨੇ ਤੁਹਾਨੂੰ ਸਾਡੀ ਵੈਬਸਾਈਟ ਤੋਂ ਮਿਲ ਜਾਣਗੇ, ਜਿਹਦੇ ਲਈ ਸਿੰਪਲੀ ਗੂਗਲ ਜਾ ਕੇ ਟਾਈਪ ਕਰਨਾ ਹੈ ਜੀ ਮੀਤ ਅਕੈਡਮੀ .in ਅਤੇ ਫਸਟ ਨੰਬਰ 'ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਉਹ ਮਿਲ ਜਾਂਦੀ ਹੈ। ਉੱਥੋਂ ਸਾਰੇ ਜੋਬ ਰਿਲੇਟਡ ਅਪਡੇਟ ਨੇ ਤੁਹਾਨੂੰ ਮਿਲ ਜਾਣਗੇ, ਚੈੱਕ ਕਰਕੇ ਤੁਸੀਂ ਅਪਲਾਈ ਜਿਹੜਾ ਉਹ ਕਰ ਪਾਓਗੇ ਜੀ। ਅਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ, ਅਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦਾ ਇਸ ਰਿਕਰੂਟਮੈਂਟ ਦੇ ਬਾਰੇ ਵਿੱਚ। ਜਿੰਨੀਆਂ ਵੀ ਇਸ ਤੋਂ ਇਲਾਵਾ ਵੈਕੈਂਸੀਜ਼ ਆਊਟ ਹੋਈਆਂ ਨੇ ਉਹ ਸਾਰਿਆਂ ਦੇ ਅਪਡੇਟ ਤੁਹਾਨੂੰ ਸਾਡੀ ਵੈਬਸਾਈਟ ਤੋਂ ਮਿਲ ਹੀ ਜਾਣਗੇ। ਅਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ, ਅਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਤਾਂ ਇਹ ਨੋਟੀਫਿਕੇਸ਼ਨ ਜਿਹੜੇ ਜੀ ਇੰਡੀਆ ਪੋਸਟ ਦੇ ਵੱਲੋਂ ਹੈ, ਜਿਸ ਦੇ ਲਈ ਔਨਲਾਈਨ ਤੁਸੀਂ ਜਿਹੜੇ ਨੇ ਉਹ ਐਪਲੀਕੇਸ਼ਨਸ ਦੇਣੀਆਂ ਹੋਣਗੀਆਂ। ਇਸ ਦੇ ਵਿੱਚ ਮੇਲ ਫੀਮੇਲ ਦੋਨੋਂ ਹੀ ਅਪਲਾਈ ਕਰ ਪਾਣਗੇ। ਤੁਸੀਂ ਆਲ ਓਵਰ ਇੰਡੀਆ ਕਿਤੋਂ ਵੀ ਹੋ, ਤੁਸੀਂ ਇਹਦੇ ਲਈ ਅਪਲਾਈ ਕਰ ਪਾਓਗੇ। ਇਸ ਦੇ ਵਿੱਚ ਤੁਹਾਡੀ ਐਪਲੀਕੇਸ਼ਨ ਫੀ ਜਿਹੜੀ ਹੈ ਜੀ ਜਨਰਲ ਕੈਟਾਗਰੀ ਦੇ ਲਈ ਅਤੇ OBC ਕੈਟਾਗਰੀ ਦੇ ਲਈ 100 ਰੁਪੀਸ ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ। EWS SC ST ਕੈਂਡੀਡੇਟ ਦੇ ਲਈ ਨਿਲ ਹੈ ਬਿਲਕੁਲ, ਤੁਸੀਂ ਕਿਸੇ ਤਰ੍ਹਾਂ ਦੀ ਕੋਈ ਐਪਲੀਕੇਸ਼ਨ ਫੀ ਜਿਹੜੀ ਹੈ ਉਹ ਪੇ ਨਹੀਂ ਕਰਨੀ ਹੈ। ਇਹ ਐਪਲੀਕੇਸ਼ਨ ਸਿਰਫ ਤੁਸੀਂ ਔਨਲਾਈਨ ਹੀ ਪੇ ਕਰਨੀ ਹੋਵੇਗੀ, ਠੀਕ ਹੈ ਜੀ, ਜਿਹੜੀ ਕਿ ਤੁਸੀਂ ਡੈਬਿਟ ਕਾਰਡ, ਠੀਕ ਹੈ ਜੀ, ਕ੍ਰੈਡਿਟ ਕਾਰਡ ਆਪਣੇ ਜਿਹੜਾ ਤੁਹਾਡਾ ਹੈਗਾ ਉਹਦੇ ਥਰੂ ਕਰ ਸਕਦੇ ਹੋ, ਜਾਂ ਫਿਰ ਤੁਸੀਂ ਨੈੱਟ ਬੈਂਕਿੰਗ ਦੇ ਥਰੂ ਜਿਹੜਾ ਉਹ ਕਰ ਸਕਦੇ ਹੋ ਜੀ। ਠੀਕ ਹੈ ਜੀ, 3 ਮੋਡ ਹੈਗੇ ਨੇ, ਇਹਦੇ ਥਰੂ ਤੁਸੀਂ ਐਪਲੀਕੇਸ਼ਨ ਫੀ ਭਰ ਸਕਦੇ ਹੋ। ਇਸ ਤੋਂ ਬਾਅਦ ਨੈਕਸਟ ਪੋਸਟਾਂ ਦੀ ਗੱਲ ਕਰਾਂ ਤਾਂ ਇਸ ਦੇ ਵਿੱਚ ਡਾਕ ਸੇਵਕ, BPM ਅਤੇ ਇਹ BPM ਦੀਆਂ ਵੈਕੈਂਸੀਜ਼ ਨੇ, 3 ਤਰ੍ਹਾਂ ਦੀਆਂ ਵੈਕੈਂਸੀਜ਼ ਨੇ। ਇਹ ਵੈਕੈਂਸੀਜ਼ ਦਾ ਕਾਊਂਟ ਅਗਰ ਮੈਂ ਗੱਲ ਕਰਾਂ ਤਾਂ 38,000+ ਵੈਕੈਂਸੀਜ਼ ਦੇ ਲਈ ਨੋਟੀਫਿਕੇਸ਼ਨ ਜਿਹੜਾ ਜੀ ਉਹ ਰਹੇਗਾ। ਇਸ ਦੇ ਵਿੱਚ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰਾਂ ਤਾਂ ਇਸ ਦੇ ਵਿੱਚ ਤੁਹਾਡਾ ਕੋਈ ਕਿਸੇ ਤਰ੍ਹਾਂ ਦਾ ਐਗਜ਼ਾਮ ਜਿਹੜਾ ਹੈ ਉਹ ਨਹੀਂ ਹੋਣਾ ਹੈ ਜੀ, ਠੀਕ ਹੈ ਜੀ। ਇਸ ਦੇ ਵਿੱਚ ਤੁਹਾਡੀ ਸਿਲੈਕਸ਼ਨ ਜਿਹੜੀ ਹੈ ਉਹ ਮੈਰਿਟ ਬੇਸਿਸ 'ਤੇ ਲੱਗਣੀ ਹੋਵੇਗੀ। ਹੁਣ ਇਸ ਦੇ ਵਿੱਚ ਮੈਰਿਟ ਤੁਹਾਡੀ ਜਿਹੜੀ ਹੈ 10th ਦੇ ਜਿਹੜੇ ਮਾਰਕਸ ਆਏ ਨੇ ਜੀ ਉਸ ਦੇ ਬੇਸਿਸ 'ਤੇ ਲੱਗਣੀ ਹੈ, ਠੀਕ ਹੈ ਜੀ। ਲਾਸਟ ਟਾਈਮ ਵੀ ਮੇਰੀ ਮੈਰਿਟ ਸੀਗੀ ਉਹ ਕਾਫੀ ਅੱਪ ਗਈ ਸੀ, ਕੈਂਡੀਡੇਟ ਬੜੇ ਨਿਰਾਸ਼ ਹੋਏ ਸੀਗੇ ਕਿ ਸਰ 96, 96, 98, 98% ਤਾਂ ਮੈਰਿਟ ਜਾ ਰਹੀ ਹੈ, ਸਾਡੀ ਸਿਲੈਕਸ਼ਨ ਕਿੱਦਾਂ ਹੋਊਗੀ। ਸੋ ਤੁਹਾਨੂੰ ਪਤਾ ਹੀ ਹੈ ਆਲਰੇਡੀ 3-4 ਵਾਰੀ 2024 ਦੇ ਵਿੱਚ ਨੋਟੀਫਿਕੇਸ਼ਨ ਜਿਹੜੇ ਨੇ ਆਊਟ ਹੋਏ ਨੇ, ਜਿਸ 'ਚ ਅਲੱਗ ਅਲੱਗ ਵੈਕੈਂਸੀਜ਼ ਆਊਟ ਹੋਈਆਂ ਸੀਗੀਆਂ। ਸੋ ਕਾਫੀ ਸਾਰੇ ਕੈਂਡੀਡੇਟ ਜੁਆਇਨ ਹੋ ਵੀ ਚੁੱਕੇ ਨੇ, ਠੀਕ ਹੈ। ਸੋ ਉਹਨਾਂ ਦਾ ਕੋਈ ਤੁੱਕ ਨਹੀਂ ਬਣਦਾ, ਨਾ ਉਹ ਅਪਲਾਈ ਕਰਨਗੇ ਇਸ ਵਾਰੀ, ਠੀਕ ਹੈ ਜੀ। ਸੋ ਉਹਨਾਂ ਦਾ ਅਕਾਊਂਟ ਘੱਟ ਜਾਂਦਾ ਹੈ, ਤਾਂ ਉਸ ਤੋਂ ਬਾਅਦ ਹੁਣ ਅਗਰ ਅਸੀਂ ਗੱਲ ਕਰੀਏ ਅਗਲੇ ਜਿਹੜਾ ਅਕਾਊਂਟ ਹੈ, ਸੋ ਉਸ ਦੇ ਵਿੱਚ ਕੱਟ ਆਫ ਜਿਹੜੀ ਹੈ ਜੀ ਉਹ ਘੱਟ ਜਾ ਸਕਦੀ ਹੈ, ਠੀਕ ਹੈ ਜੀ, ਚਾਂਸਿਸ ਨੇ ਪੂਰੇ ਪੂਰੇ। ਸੋ ਇਸ ਦੇ ਵਿੱਚ ਨੈਕਸਟ ਅਗਰ ਮੈਂ ਗੱਲ ਕਰਾਂ, ਉਹਨਾਂ ਨੇ ਇੱਥੇ ਤੁਹਾਡੀ ਗ੍ਰੇਡ ਵਾਈਜ਼ ਜਿਹੜੀ ਤੁਹਾਡੀ ਸਿਲੈਕਸ਼ਨ ਹੈ, ਤੁਹਾਡੀ ਕੱਟ ਆਫ ਕਿੱਦਾਂ ਬਣੇਗੀ ਉਹ ਲਿਖੀ ਹੋਈ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇਸ ਦੇ ਵਿੱਚ ਤੁਹਾਡਾ ਜਿਹੜਾ ਉਹ ਸਿਲੈਕਸ਼ਨ ਦੇ ਲਈ ਤੁਹਾਡੀ ਜਿਹੜੀ ਕਮਿਊਨੀਕੇਸ਼ਨ, ਮਤਲਬ ਕਿੱਦਾਂ ਸਿਲੈਕਸ਼ਨ ਹੁੰਦੀ ਹੈ, ਉਹ ਜਦੋਂ ਉਹਨਾਂ ਨੇ ਸਿਲੈਕਸ਼ਨ ਸਿਲੈਕਟਡ ਜਿਹੜੀ ਲਿਸਟ ਹੁੰਦੀ ਹੈ ਮੈਰਿਟ ਲਿਸਟ, ਉਹ ਆਪਣੀ ਵੈਬਸਾਈਟ 'ਤੇ ਅਪਲੋਡ ਕਰਦੇ ਨੇ, ਠੀਕ ਹੈ ਜੀ। ਇੱਕ ਵਾਰੀ ਨਹੀਂ 2-3 ਵਾਰੀ ਹੁੰਦੀ ਹੈ ਅਲੱਗ ਅਲੱਗ ਟਾਈਮ 'ਤੇ। ਸੋ ਤੁਸੀਂ ਚੈੱਕ ਕਰ ਲੈਣਾ। ਸੈਲਰੀ ਸਕੇਲ ਦੀ ਗੱਲ ਕਰਾਂ ਤਾਂ 29,980 ਰੁਪਏ ਸਟਾਰਟਿੰਗ ਸੈਲਰੀ ਰਹਿੰਦੀ ਹੈ ਤੁਹਾਡੀ ਇਸ ਦੇ ਵਿੱਚ, ਠੀਕ ਹੈ, ਜੋ ਕਿ ਵੱਧਦੀ ਰਹਿੰਦੀ ਹੈ ਟਾਈਮ ਟੂ ਟਾਈਮ। ਏਜ ਲਿਮਿਟ ਦੀ ਗੱਲ ਕਰਾਂ, 18 ਤੋਂ ਲੈ ਕੇ 40 ਸਾਲ ਤੱਕ ਦੇ ਕੈਂਡੀਡੇਟ ਇਲੀਜੀਬਲ ਨੇ, ਅਪਲਾਈ ਕਰ ਸਕਦੇ ਨੇ। ਅਤੇ ਇਸ ਦੇ ਵਿੱਚ ਤੁਹਾਨੂੰ ਜਿਹੜੀ ਹੈ ਜੀ 3 ਸਾਲ ਤੋਂ ਲੈ ਕੇ 15 ਸਾਲ ਤੱਕ ਦੀ ਏਜ ਰਿਲੈਕਸੇਸ਼ਨ ਜਿਹੜੀ ਹੈ ਜੀ ਉਹ ਦਿੱਤੀ ਜਾਂਦੀ ਹੈ, ਜਿਹੜੀ ਕਿ ਤੁਸੀਂ ਦੇਖ ਸਕਦੇ ਹੋ, ਠੀਕ ਹੈ। ਜਿਸ ਸ਼ਡਿਊਲ ਕਾਸਟ ਦੇ ਲਈ ST ST ਲਈ 5 ਸਾਲ,
ਅਦਰ ਬੈਕਵਰਡ ਕਲਾਸ ਦੇ ਲਈ 3 ਸਾਲ, ਇਕਨੋਮਿਕਲੀ ਵੀਕਰ ਸੈਕਸ਼ਨ ਦੇ ਲਈ ਕੋਈ ਨਹੀਂ ਹੈ ਜੀ। ਪਰਸਨਲ ਡਿਸੇਬਿਲਿਟੀ PWD ਕੈਂਡੀਡੇਟ ਲਈ 10 ਸਾਲ, ਉਸ ਤੋਂ ਬਾਅਦ PWD ਪਲੱਸ OBC ਨੂੰ 13 ਸਾਲ ਅਤੇ PWD ਪਲੱਸ SC ST ਨੂੰ ਇੱਥੇ 15 ਸਾਲ ਦੀ ਰਿਲੈਕਸੇਸ਼ਨ ਹੈਗੀ ਹੈ। ਹੁਣ ਇਸਦੇ ਵਿੱਚ 10th ਪਾਸ ਕੈਂਡੀਡੇਟ ਨੇ ਉਹ ਐਲੀਜੀਬਲ ਨੇ, ਅਪਲਾਈ ਕਰ ਸਕਦੇ ਨੇ। ਇੱਥੇ ਤੁਹਾਨੂੰ ਜਿਹੜੀ ਹੈ ਨੌਲੇਜ ਹੋਣੀ ਚਾਹੀਦੀ ਹੈ ਕੰਪਿਊਟਰ ਦੀ, ਠੀਕ ਹੈ ਜੀ। ਇਹ 'ਚ ਸਰਟੀਫਿਕੇਟ ਤਾਂ ਨਹੀਂ ਮੰਗਿਆ ਜਾਂਦਾ, ਲੇਕਿਨ ਨੌਲੇਜ ਹੋਣੀ ਜ਼ਰੂਰੀ ਹੋਵੇਗੀ। ਸਾਈਕਲਿੰਗ ਦੀ ਨੌਲੇਜ ਹੋਣੀ ਚਾਹੀਦੀ ਹੈ, ਮਤਲਬ ਸਾਈਕਲ ਚਲਾਉਣ ਦੀ, ਠੀਕ ਹੈ ਜੀ। ਔਰ ਤੁਹਾਨੂੰ ਜਿਹੜੇ ਲਾਗੇ ਬੰਨੇ ਦੇ ਜਿਹੜੇ ਵੀ ਪੇਂਡੂ ਇਲਾਕੇ ਨੇ, ਠੀਕ ਹੈ ਜੀ, ਉਹਨਾਂ ਦੀ ਨੌਲੇਜ ਜਿਹੜੀ ਉਹ ਹੋਣੀ ਚਾਹੀਦੀ, ਮਤਲਬ ਪਿੰਡ ਖੇੜੇ ਦੇ ਨੌਲੇਜ ਤੁਹਾਨੂੰ ਹੋਣੀ ਚਾਹੀਦੀ ਹੈ। ਸੋ ਇਸਦੇ ਵਿੱਚ ਇਹ ਨੋਟੀਫਿਕੇਸ਼ਨ ਜਿਹੜਾ ਹੈ ਜੀ, ਇਹ 2024 ਦਾ ਸਭ ਤੋਂ ਵੱਡਾ ਨੋਟੀਫਿਕੇਸ਼ਨ ਰਹੇਗਾ, ਠੀਕ ਹੈ ਜੀ। 38,000 ਪਲੱਸ ਵੇਕੈਂਸੀ ਜਿਹੜੀਆਂ ਨੇ ਉਹ ਆਉਣੀਆਂ ਨੇ, ਅਪਕਮਿੰਗ ਵੇਕੈਂਸੀਜ਼ ਨੇ ਇਹ। ਇਸਦੇ ਵਿੱਚ ਅਗਰ ਆਪਾਂ ਪੰਜਾਬ ਦੀ ਗੱਲ ਕਰੀਏ, ਮਤਲਬ ਸਟੇਟ ਵਾਈਜ਼ ਵੀ, ਠੀਕ ਹੈ ਜੀ, ਤਾਂ ਇਸਦੇ ਵਿੱਚ ਅਪਰੋਕਸ 1200 ਤੋਂ 1300 ਵੇਕੈਂਸੀ ਜਿਹੜੀਆਂ ਹੁੰਦੀਆਂ ਨੇ, ਉਹ ਜਿਹੜੀਆਂ ਆਊਟ ਹੁੰਦੀਆਂ ਨੇ ਇੰਟਾਇਰ ਪੰਜਾਬ ਦੇ ਲਈ, ਠੀਕ ਹੈ ਜੀ। ਸੋ ਇਸਦੇ ਵਿੱਚ ਵੀ ਤੁਸੀਂ ਸਟੇਟ ਵਾਈਜ਼ ਹੀ ਤੁਹਾਡੀ ਮੈਰਿਟ ਲਿਸਟ ਨਿਕਲਦੀ ਹੈ। ਸੋ ਤੁਸੀਂ ਜ਼ਰੂਰ ਇਹਦੇ ਲਈ ਅਪਲਾਈ ਕਰੀ, ਕਿਉਂਕਿ ਇਹ 'ਚ ਕਿਸੇ ਤਰ੍ਹਾਂ ਦਾ ਕੋਈ ਇਗਜ਼ਾਮ ਤਾਂ ਹੋਣਾ ਨਹੀਂ ਹੈ, ਜਿਹੜੇ ਤੁਹਾਡੇ ਮਾਰਕਸ ਹੈ ਸਿਰਫ ਉਹਨਾਂ ਦੇ ਬੇਸਿਸ 'ਤੇ ਹੀ ਇਹਦੇ ਵਿੱਚ ਸਿਲੈਕਸ਼ਨ ਜਿਹੜੀ ਉਹ ਹੁੰਦੀ ਹੈ ਜੀ। ਸੋ ਬਾਕੀ ਜਿੱਦਾਂ ਹੀ ਨੋਟੀਫਿਕੇਸ਼ਨ ਆਊਟ ਹੋਵੇਗਾ ਮੈਂ ਤੁਹਾਨੂੰ ਜ਼ਰੂਰ ਅਪਡੇਟ ਦਵਾਂਗਾ। ਇਹਦਾ ਸ਼ਾਰਟ ਨੋਟੀਫਿਕੇਸ਼ਨ ਆਲਰੇਡੀ ਆ ਚੁੱਕਾ ਹੈ ਜੀ, ਉਹਦਾ ਲਿੰਕ ਡਿਸਕ੍ਰਿਪਸ਼ਨ 'ਚ ਦੇ ਦੇਵਾਂਗਾ, ਚੈੱਕ ਕਰ ਲਿਓ। ਫਿਰ ਵੀ ਕੋਈ ਵੀ ਡਾਊਟ ਹੋਏ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ। ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ, ਮਿਲਦਾ ਜੀ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।